ਮਾਮਲਾ ਖਤਮ ਕੋਈ ਨੀ ਕਰਨਾ, ਗਿੱਲਾ ਕਹਿ ਨੀ ਦੇਵਣਾ, ਜਿਵੇਂ ਹੀ ਕੀਤਾ ਉਹਦੇ ਨਾਲ ਉਵੇਂ ਕਰੇ ਨਾ ਕਰੇ ਸਾਂ ਜੋ ਮੈਂ ਸੋਚੀ ਬੈਠਾ ਲਾ ਕੇ ਮਿੱਟੀ ਛਿੱਟੀ ਲਾ ਕੇ ਤੇ ਮੇਰੀ ਆਪਣੀ ਕੰਡੀਸ਼ਨ ਚੈੱਕ ਕਰੋ ਵੈਸ ਉਥਾਂ ਹੀ ਇਹਨਾਂ ਕੋ ਟਕਰ ਸੋ ਇਨਸ਼ਾਅੱਲਾ ਇਹ ਚੀਜ਼ ਦਾ ਬਦਲਾ ਅਸਾਂ ਜ਼ਰੂਰ ਗਿਣ ਸੋ ਅੱਗਾ ਅੱਗਾ ਇੱਕ ਵਾਰੀ ਵੰਜਣ ਦਿਓ ਅੱਗਾ ਥੋੜਾ ਉਹ ਉੱਥੇ ਚੱਕਰ ਲਾ ਕੇ ਉਹ ਪਿੱਛਾ ਪਹਿਲੇ ਮਿਠਾਈ ਨਾ ਖਾ ਕੇ ਨੂੰ ਅਲਹਮਦੁਲਿਲਾ ਅੱਲਾ ਦਾ ਕਰਮ ਹੈ ਓ ਮੁਹਤਰਮ ਖੈਰ ਦੀ ਐਮਰਜੈਂਸੀ ਹੈ ਐਮਰਜੈਂਸੀ ਸਾਡੀ ਇਹ ਹੈ ਕਿ ਸਾਡੀ ਹੈ ਪੇਟ ਦਾ ਦਾਵਤ ਇੰਤਜ਼ਾਰ ਇੰਤਜ਼ਾਰ ਕਰਦਾ ਬੈਠਾ ਕਿੰਨੀ ਦੇਰ ਸਮਝਣਾ ਮੈਂ ਤਕਰੀਬਨ ਅੱਧਾ ਪੌਣਾ ਘੰਟਾ ਲੱਗ ਗਿਆ ਸੀ ਤਿਆਰ ਥੇ ਅੱਧਾ ਪੌਣਾ ਘੰਟਾ ਬਸ ਸਾਰਾ ਕੰਮ ਅੱਧਾ ਪੌਣਾ ਘੰਟਾ ਠੀਕ ਹੈ ਜੀ ਮੈਂ ਦਾਵਤ ਖਾ ਕੇ ਦੱਸ ਚਲੋ ਓਕੇ ਠੀਕ ਹੈ ਬਾਂਦੇ ਨਹੀਂ ਮੈਂ ਤਾਂ ਕੋਈ ਚਾਹ ਪਾਣੀ ਤੁਹਾਡੀ ਖਿਦਮਤ ਕਰੇ ਨੇ ਬਾਅਦ ਲੱਗੇ ਚਾਹ ਪਾਣੀ ਤੁਹਾਡੀ ਨਹੀਂ ਸੇ ਪੀਂਦੇ ਠੀਕ ਹੈ ਬਸ ਤੋ ਗਰੀ ਦੇ ਦਿੱਤੀ ਸਾ ਕੋ ਠੀਕ ਹੈ ਜਿਹੜੇ ਨਾ ਗੂਥਾ ਖਾਣਾ ਖਾਣ ਵਾਲੇ ਨੇ ਉੱਥੇ ਤੇ ਚਾਹ ਪਾਣੀ ਪੀਉਣ ਦੇ ਫੁੱਲ ਦੇ ਕੇ ਬਸ ਤੋ ਦਾ ਫਾਇਦਾ ਓਕੇ ਪੈਟਰੋਲ ਹੈ ਪਿਆ ਨਾ ਕਰੀ ਦੇ ਜੀ ਪੈਟਰੋਲ ਬੜਾ ਨੋ ਮਸਲਾ ਪੈਟਰੋਲ ਸਾ ਪਾਣੀ ਕਰੀ ਵਾਸਾ ਓਕੇ ਸੋਰੀ ਪਾ ਦੇ ਸੋਰੀ ਇਹ ਮੋਟਰਸਾਈਕਲ ਮੇਰੇ ਜੀ ਮੈਂ ਡੋਆ ਇਹ ਸਾਈਕਲਾਂ ਡੋਆ ਇਹ ਵਾਲੇ ਯਾਰ ਥੋੜਾ ਧਿਆਨ ਨਾਲ ਕਤਰਾ ਹੁੰਦਾ ਫਾਇਦਾ ਚਾਹ ਵੀ ਤਾਂ ਦਿਓ ਹਿੰਦੀ ਚਲਾਵਣੀ ਤਾਂ ਇਹੀ ਹੋਇਆ ਸਾ ਨਵੇਂ ਉਹ ਨਵਾਂ ਹੋਂਡਾ ਆਇਆ ਖੜਾ ਯਾਰ ਚਾਹ ਵੀ ਵਿੱਚ ਕੜਾਈ ਵਜੋ ਉਹਦੀ ਵਿੱਚ ਕੜੀ ਉਹਦੀ ਚਾਹ ਵੀ ਚੈੱਕ ਕਰ ਸਕਦੇ ਹੋ ਇਹ ਮੈਂ ਚਲਾਵਣੀ ਕਹਿਣੀ ਖਿਆਲ ਕਰਨਾ ਬਿਲਕੁਲ ਇਹਦੇ ਉੱਤੇ ਨਾ ਮੱਖੀ ਬਾਵੇ ਨਾ ਕੋਈ ਨਾ ਮੱਛਰ ਬਾਵੇ ਭਾਈ ਇੱਕ ਛਿੱਕੀ ਵਜੋ ਇੱਕ ਛਿੱਕੀ ਵਜੋ ਉਹ ਖੜਨ ਦਿਓ ਇਹ ਪਰਸੋਲੀ ਵਾਰ ਮੈਂ ਕੋਈ 95000 ਲਗਾ ਮੈਂ ਨਹੀਂ ਦਿੱਤੀ ਹੈ
ਇੰਤਜ਼ਾਰ ਭਾਈਜਾਨ ਪਿਆਰ ਨਾਲ ਚਲਾ ਸੋ ਹੈ ਹਾਂ ਓਕੇ ਭਾਈਜਾਨ ਅਸਾਂ ਜਿਵੇਂ ਤੁਸੀਂ ਐਫਐਕਸ ਚਲਾਉਂਦੇ ਹੋ ਨਾ ਉਂਝ ਨਹੀਂ ਚਲਾਉਂਦੇ ਮੈਂ ਨਹੀਂ ਚਲਾਉਂਦੇ ਸਾਰਾ ਆਮ ਬੜੇ ਪਿਆਰ ਨਾਲ ਤਸੱਲੀ ਨਾਲ ਅਸਲਾਮੁ ਅਲੈਕੁਮ ਮੈਂ ਖੁਬੈਬ ਰਹਿਮਾਨ ਤੁਸੀਂ ਰਿਜ਼ਵਾਨ ਮੇਰਾ YouTube ਚੈਨਲ ਖੁਬੈਬ ਰਹਿਮਾਨ ਸਵੇਰੇ ਸਵੇਰੇ ਮੈਂ ਜੂੰ ਹੀ ਰੈਡੀ ਥੀ ਕੇ ਬਾਹਰੋਂ ਆਇਆ ਰਿਜ਼ਵਾਨ ਭਾਈ ਐਂਡ ਉਮੈਰ ਭਾਈ ਆ ਗਏ ਕਾਰ ਛਿੱਕਣ ਪਤਾ ਨਹੀਂ ਕੀ ਜ਼ਰੂਰਤ ਹੈ ਆਪਣੇ ਪਤਾ ਨਹੀਂ ਕਿੱਡੇ ਹਨ ਖੈਰ ਹੋਵੇ ਅੱਲਾ ਖੈਰ ਹੀ ਕਰੇ ਜੀ ਅਸਾਂ ਤਾਂ ਇਹਨਾਂ ਦੇ ਸੇਮ ਤਾਲ ਛੇਤ ਤੇ ਲੁਟਾ ਲਥਨ ਲੁਕਾ ਖਣੋ ਤੂੰ ਆਦੇ ਪ੍ਰੈਂਕ ਕਰੋ ਇਹਨਾਂ ਨਾਲ ਮਜ਼ੇਦਾਰ ਵੀਡੀਓ ਹਾਜ ਸਾਹਿਬ ਆਵੰਦ ਮੁਬਸ਼ਰ ਭਾਈ ਆਵੰਦ ਵਲ ਵੰਜਣੇ ਅਸਾਂ ਇੱਕ ਸਾਈਡ ਤੇ ਉਹਦੇ ਵਾਸਤੇ ਆਈ ਐਮ ਰੈਡੀ ਅਗਰ ਤੁਸੀਂ ਵੀਡੀਓ ਫੇਸਬੁੱਕ ਤੇ ਰਹਿੰਦੇ ਪਏ ਤਾਂ ਫੇਸਬੁੱਕ ਪੇਜ ਨੂੰ ਫਾਲੋ ਕਰੇ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰੇ ਸੋ ਇਡੂ ਬਾਬਾ ਜੀ ਆਏ ਬੈਠਣ ਇਹ ਬਾਬਾ ਜੀ ਹਨ ਸਾਰੇ ਦੋਸਤ ਕਿਵੇਂ ਹਾਲ ਹੈ ਬਾਬਾ ਜੀ ਫਟੋ ਇਡ ਸਲਾਮ ਦਿਓ ਤਮੇ ਕੋ ਫਿੱਟੋ ਬਾਲ ਬੱਚੇ ਠੀਕ ਹਨ ਮਾਸ਼ਾਅੱਲਾ ਸਲਾਮਤ ਰਹੋ ਅੱਲਾ ਤੋ ਕੋ ਸੋਹਣੇ ਚਾਹ ਬਣਵਾਉ ਚਾਹ ਜੀ ਮੈਂ ਮੁਨਾਸਿਬ ਸਮਝੋ ਸੇ ਸੋਹਣ ਇਹ ਤੇਰਾ ਤੁਹਾਡਾ ਹੈ ਅੱਲਾ ਤੁਹਾਡੇ ਤੇਰੇ ਕੋ ਬਾਤ ਕਰੇ ਚਲੋ ਮੈਂ ਤਨਜ਼ੀਲ ਇਧਰ ਆਓ ਭਈਆ ਇੱਕ ਕੱਪ ਚਾਚੂ ਵਾਸਤੇ ਬਾਬੇ ਵਾਸਤੇ ਦਾਦਾ ਜੀ ਵਾਸਤੇ ਠੀਕ ਹੈ ਇੱਕ ਕੱਪ ਮੇਰੇ ਵਾਸਤੇ ਚਾਹ ਦਾ ਬਣਵਾਓ ਇਹ ਤਾਂ ਮਿੱਠਾ ਹੈ ਤਾਂ ਫਿੱਕਾ ਵੈਰੀ ਗੁੱਡ ਜਲਦੀ ਖੈਨਾਓ ਮਾਸ਼ਾਅੱਲਾ ਸਹੀ ਉਮੇਰ ਭਾਈ ਦਾ ਨਵਾਂ ਮੋਟਰਸਾਈਕਲ ਖੂਬਸੂਰਤ ਜ਼ਬਰਦਸਤ ਅੱਲਾ ਨਸੀਬ ਕਰੇ ਚਾਏ ਬਣ ਗਈ ਹੈ ਚਾਏ ਦਾ ਪਤਾ ਕਰੋ ਭੇਜਦੇ ਵਜੋਂ ਸ਼ਾਬਾਸ਼ ਬਾਬਾ ਜੀ ਗੁੱਡਿਓ ਮਹਿਮਾਨ ਲਗਾ ਗਿਆ ਬਾਬਾ ਜੀ ਜਿਤਨੀ ਦੇਰ ਰਿਜ਼ਵਾਨ ਭਾਈ ਹੋਣੀ ਕਾਰ ਖੇਨ ਕੇ ਵਾਪਸ ਆ ਰਹੇ ਉਤਨੀ ਦੇਰ ਮੈਂ ਰੈਡੀ ਥੀ ਗਈ ਨਾ ਕੋਟ ਛੋਟੀ ਪਾ ਗਈ ਨਾ ਕੰਮ ਮੰਜਣਾ ਇੱਕ ਕੰਮ ਮੰਜਣਾ ਤੇਰੇ ਦੱਸਣ ਦਾ ਨਹੀਂ ਉਹ ਬਾਅਦ ਦੱਸਣ ਅੱਛਾ ਵਾਲੇਕੁਮ ਅਸਲਾਮ ਘਰ ਆ ਤੁਹਾਡੀ ਇੰਤਜ਼ਾਰ ਵਿੱਚ ਅੱਛਾ ਗੱਡੀ ਕਿਆ ਮਤਲਬ ਬਾਹਰ ਖੜਾ ਕੇ ਤੁਸੀਂ ਲੱਗੇ ਗਏ ਹੋ ਕਿਆ ਮਤਲਬ ਕਿਆ ਕਰ ਗਏ ਹੋ ਤੁਸੀਂ ਯਾਰ ਬੰਦਾ ਜ਼ਿੰਮੇ ਤੇ ਲਾ ਪੈਂਦਾ ਅੱਛਾ ਮੈਂ ਇੱਕ ਮਿੰਟ ਇਹ ਹੈਗੀ ਨਾ ਵਾਲ ਮਿਲਦੇ ਆ ਮੈਂ ਕਾਲ ਕਰੇ ਨਾ ਇੱਕ ਮਿੰਟ ਆਸਰਾ ਤਾਂ ਕਰੋ ਓਕੇ ਅੱਲਾ ਖੈਰ ਹੀ ਕਰੇ ਜਵਾਨ ਪਤਾ ਨੀ ਕਿਆ ਕੰਮ ਪਾ ਗਿਆ ਨੀ ਬਾਤ ਮੈਂ ਲੱਗਦਾ ਕੋਈ ਹੇ ਪ੍ਰੈਂਕ ਕੋਈ ਹਾਲ ਹਵਾਲ ਕਰ ਗਏ ਗੱਡੀ ਨਾਲ ਮੈਂ ਆਦਾ ਕੋਈ ਜ਼ਿਆਦਾ ਨੁਕਸਾਨ ਹੀ ਨਾ ਹੋਵੇ ਗੱਡੀ ਤਾਂ ਇੱਥੇ ਹੀ ਕੋ ਨਾ ਖਾਲੀ
ਪਰਾਂ ਸੜਕ ਤੇ ਖੜਾ ਆ ਗਿਆ। ਅੱਛਾ ਮੋਟਰਸਾਈਕਲ ਸੁਟਸਾਈਕਲ ਗਾਇਆ ਪੈਣ ਇੱਥੋਂ ਛਿੱਕ ਗਿਆ। ਗੱਡੀ ਕਿ ਨਹੀਂ ਖੜੀ ਹੈ, ਉਹ ਖੜੀ ਹੈ ਸਾਹਮਣੇ। ਓਏ ਹੋਏ 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 ਓਏ ਹੋਏ, ਇਹ ਤਾਂ ਉੱਕਾ ਤਬਾਹੀ ਲਹਾ ਗਿਆ। ਗੱਡੀ ਦੀ ਹਾਲਤ ਹੀ ਖਰਾਬ ਹੈ, ਦੇਖਣ ਵਾਲਾ ਸੀਨ ਹੀ ਕੋ ਨਹੀਂ। ਤੂੰ ਆਹ ਕੁੜੀ ਖਾਵਾਂ ਨਾ। ਓਏ ਹੋਏ ਹੋਏ, ਇਹ ਚੈੱਕ ਕਰੋ ਤੁਸੀਂ, ਸਾਰੀ ਉੱਤੇ ਮਿੱਟੀ, ਹਰ ਜਾ ਤੇ ਮਿੱਟੀ ਮਿੱਟੀ। ਇਹ ਕਿਹੜੇ ਵੇਲੇ ਖੜਾ ਗਿਆ? ਇਹ ਹੁਣ 5 ਮਿੰਟ ਖੜਾ ਕੇ ਦੇਵੇ ਗਏ ਨਾ ਸਾਂ ਕੇ, ਪਤਾ ਨਹੀਂ ਕਿੱਥੇ ਹੈ। ਤੁਸੀਂ ਅੱਡੇ ਤੇ ਬੈਠਿਆ? ਜੀ ਹਾਂ, ਸਾਡੇ ਤੇ ਬੈਠਿਆ ਸੀ। ਅੱਛਾ ਜੀ ਹਾਂ, ਦੱਸੋ ਇੱਥਾਂ ਮਿੱਟੀ ਸਾਰੀ, ਅੱਗੋਂ ਮਿੱਟੀ, ਸਕਰੀਨ ਤੇ ਮਿੱਟੀ, ਸਿਰਫ ਡਰਾਈਵਰ ਵਾਲੀ ਜਾ ਪਤਾ ਨਹੀਂ ਕਿਵੇਂ ਸਾਫ਼ ਕੀਤੀ ਨੇ ਵੀ ਨਜ਼ਰ ਆਵੇ। ਓਏ ਹੋਏ 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 ਯਾਰ, ਤੁਸੀਂ ਇਹਦੇ ਕੰਮ ਚੈੱਕ ਕਰੋ ਵੀ ਕਿਤਨੀ ਤਬਾਹੀ ਲਾ ਦਿੱਤੀ ਸੀ। ਹਕੀਕਤ ਹੈ, ਨਵੀਂ ਗੱਡੀ ਬਾਤੂ, ਤੂੰ ਕਾਲਾ ਕਲਰ ਵੀ, ਤੂੰ ਇਹੋ ਜਿਹੀ ਹਰਕਤ ਕਰਨੀ ਹੈ ਕਹੀਂ ਪੁਰਾਣੀ ਗੱਡੀ ਨਾਲ ਕਰ। ਪਿੱਛੋਂ ਚੈੱਕ ਕਰੋ, ਸਾਰੀ ਮਿੱਟੀ ਮਿੱਟੀ ਉੱਤੇ, ਹਕੀਕਤ ਹੈ ਤਬਾਹੀ ਲਾ ਦਿੱਤੀ ਸੀ ਯਾਰੀ। ਕੌਣ ਦੋਸੀ ਕੌਣ ਮੈਂ ਤਾਂ ਇਹ ਸਮਝ ਨਹੀਂ ਆਉਂਦੀ। ਅਤੇ ਇਹ ਮਿੱਟੀ ਨਿਕਲਣੀ ਕਾ ਨਹੀਂ, ਇਹਦੇ ਸੁਰਾਖਾਂ 'ਚ ਵੜ ਗਈ ਤਾਂ, ਇਹ ਸਾਰਿਆਂ ਸੀਲਾਂ 'ਚ ਮਿੱਟੀ ਵੜ ਗਿਆ ਸੀ, ਇੱਥਾਂ ਡਿੱਗ ਗਿਆ ਚੇਡੂ ਸਲਾਹ ਮਸ਼ਵਰਾ ਕਰਨੇ ਆ ਵੀ ਇਹਨਾਂ ਦਾ ਕਿਆ ਕਰਨਾ, ਇਹਨਾਂ ਦਾ ਹੱਲ ਕਿਆ ਕੱਢਣਾ। ਇਹ ਜਿਹੜੀ ਜ਼ਿਆਦਤੀ ਹੈ ਨਾ, ਇਹ ਛੋਟੀ ਜਿਹੀ ਜ਼ਿਆਦਤੀ ਨਹੀਂ, ਬਹੁਤ ਵੱਡੀ ਜ਼ਿਆਦਤੀ ਹੈ। ਲਾਕਸ਼ਾ ਖੁੱਲਦੇ ਹਨ, ਵਿੱਚੋਂ ਹੀ ਤਬਾਹ ਕਰ ਛੱਡੀ ਨੇ, ਪੇਰ ਸੀਨੇ ਵਿੱਚ ਰੱਖੀ ਰਹਿ ਗਿਆ। ਹਾਏ ਹਾਏ ਹਾਏ, ਇਹ ਕਿਆ ਬਣ ਸੀ, ਧੋਣ ਤੇ ਟਾਈਮ ਲੱਗ ਸੀ। ਇਹ ਚੈੱਕ ਕਰੋ, ਇਹ ਸਾਰੀ ਮਿੱਟੀ ਵਿੱਚ ਵੜੀ ਖੜੀ ਹੈ, ਇਹ ਚੈੱਕ ਕਰੋ ਸੀਲਾਂ ਦੇ ਵਿੱਚ ਮਿੱਟੀ। ਇਹ ਹੁਣ ਦੋਸੀ ਕੌਣ, ਮੈਂ ਤਾਂ ਇਹ ਸਮਝ ਨਹੀਂ ਆਉਂਦੀ ਭਾਈ, ਇਹਨਾਂ ਕੋਲ ਨਾ ਦੁਆਵੇ ਬੰਦਾ। ਇਹ ਚੈੱਕ ਕਰੋ ਸਾਰੀ ਮਿੱਟੀ ਮਿੱਟੀ। ਓਏ ਹੋਏ ਹੋਏ ਹੋਏ, ਅੱਛਾ ਹਾਜੀ ਆ ਵਜੇ ਨਾ, ਕੋਈ ਸਲਾਹ ਮਸ਼ਵਰਾ ਕਰੇ ਨੇ, ਵੱਲ ਇਹਨਾਂ ਦਾ ਹੱਲ ਕਰੇ ਨੇ। ਇਹ ਚੈੱਕ ਕਰੋ, ਓਏ ਹੋਏ ਹੋਏ, ਇਹ ਚੈੱਕ ਕਰੋ ਕਿਤਨੀ ਮਿੱਟੀ ਦਰਵਾਜ਼ਿਆਂ 'ਤੇ, ਦਰਵਾਜ਼ੇ ਬਾਹਰੇ ਥੈ ਖੜੇ ਨੇ, ਖੁੱਲਦੇ ਹੀ ਨਹੀਂ, ਅੱਗੋਂ ਚੈੱਕ ਕਰੋ। ਹਾਏ 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 ਹਾਏ, ਸਿੰਨੀ ਸਾੜ ਕੇ ਵਾਲਾ ਤਾਂ ਸੁੱਕੀ ਸਾੜ ਗਿਆ। ਅੱਛਾ ਹਾਂ ਹਾਂ, ਇਹ ਸਿੰਨੀ ਸਾੜ ਕੇ ਉੱਤੇ ਵੱਲ ਰੇਤ ਸੱਟੀ ਖੜੀ ਹੈ, ਇਕੱਲਾ ਚੀਕਾ ਹੀ ਨਹੀਂ ਉੱਤੇ ਰੇਤ ਹੀ ਸੱਟੀ ਨੇ। ਹਾਏ ਹਾਏ ਹਾਏ, ਤਬਾਹ ਕਰ ਸੱਟੀ ਨੇ ਗੱਡੀ, ਹਕੀਕਤ ਹੈ ਉੱਕਾ ਫਨਾਹ ਕਰ ਸਟੀ ਨੇ। ਬਾਜਾ ਬਾਜਾ ਯਾਰ, ਬਾਜਾ 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 ਬਾਜਾ, ਤੇਰਾ ਇੰਤਜ਼ਾਰ ਆਈ ਕਸਮ ਹੈ। ਡਰਾਮਾ ਹੈ ਅੱਲਾ ਦਾ ਬੰਦਾ, ਹਾਦਸਾ ਹਾਦਸਾ, ਡਰਾਮਾ ਨਹੀਂ। ਇਹ ਕੀ ਮਸਲਾ ਕੀ ਹੈ? ਇਹ ਮਤਲਬ ਰਿਜ਼ਵਾਨ ਦੇ ਕੰਮ ਹਨ ਭਾਈ ਜਾਨ, ਆਏ ਨੇ ਆਏ ਨੇ ਮੇਰੇ ਕੋਲ ਗੱਡੀ ਮੰਗੀ ਨੇ ਵੀ ਅਸਾਂ ਕਿ ਨਹੀਂ ਮੰਨਣਾ। ਮੈਂ ਕੁਛ ਸ਼ੱਕ ਪਿਆ ਵੀ ਡੂ ਮੋਟਰਸਾਈਕਲਾਂ ਤੇ ਕਿਉਂ ਇੱਕ ਬੰਦਾ ਆਵਿਆ ਛਿੱਕਣ, ਡੂ ਆਵੇ ਨਾ ਵੀ ਇੱਕ ਮੋਟਰਸਾਈਕਲ ਤੇ ਇੱਕ ਕਾਰ ਛਿੱਕ ਵਜਿਆ। ਮੈਂ ਸੁਚੈਂਦਾ ਰਹਿ ਗਿਆ ਵੀ ਕੋਈ ਨਾ ਕੋਈ ਗੜਬੜ ਹੈ, ਜਿਹੜਾ ਚਾਰ ਬੰਦੇ ਡੂ ਮੋਟਰਸਾਈਕਲਾਂ ਤੇ ਵੱਲ ਅੱਧੇ ਘੰਟੇ ਚ ਆਉਂਦੇ ਪਏ, ਸੁਚੈਂਦਾ ਰਹਿ ਗਿਆ। ਤੇ ਹੁਣ ਰਿਜ਼ਵਾਨ ਕਿਤੇ ਗਿਆ ਭਾਈ ਜਾਨ? ਗੱਡੀ ਖੜਿਆ ਦਾ ਨਿਕਲ ਗਏ, ਕਾਲ ਕੀਤੀ ਨੇ ਵੀ ਗੱਡੀ ਖੜੀ ਹੈ, ਐਸਾ ਕੋਈ ਬਦਲਾ ਕੀਤਾ ਤੁਸੀਂ? ਮੈਂ ਕੁਛ ਛੇੜਨ ਤੋਂ ਪਹਿਲੇ ਸੋਚ ਗਿਣਸੋ ਲੱਖ ਵਾਰੀ ਸੁਚੇ ਸੋ ਅੱਗਾ। ਮੇਰੇ ਕੋ ਬੰਦੇ ਦੇ ਪੁੱਤਰਾਂ ਵਾਲਾ ਕੰਮ ਹੈ ਉਸਦਾ ਯਾਰ, ਇਸ ਤਰੀਕੇ ਹੁੰਦਾ ਵੀ ਉਸ ਗੱਡੀ ਤਬਾਹ ਕਰਕੇ ਰੱਖ ਦਿੱਤੀ ਯਾਰ। ਤੂੰ ਚੈੱਕ ਕਰ ਅੰਦਰੋਂ ਬਾਹਰੋਂ ਮਿੱਟੀ ਹੈ, ਇਕੱਲੀ ਬਾਹਰੋਂ ਹੋਵੇ ਨਾ ਵਾਲੀ ਆਈ, ਦਰਵਾਜ਼ਿਆਂ ਕੋਲ ਥੋੜੀ ਥੋੜੀ ਅੰਦਰ ਗਈ ਖੜੀ। ਇਹ ਚੈੱਕ ਕਰੀ, ਇਹ ਵਿੱਚ ਦੇਖ
ਕਬਰਿਸਤਾਨ ਵਾਲਾ ਪ੍ਰੈਂਕ ਕੀਤਾ ਸੀ ਮੇਰੇ ਨਾਲ, ਜਿੰਦ ਨਿਕਲਦੀ ਹੁਣ ਗਿੱਲਾ ਦੇਵਣ ਸਾਡਾ ਹੱਕ ਬਣਦਾ ਆਈ ਨਾ, ਬਣਦਾ ਤੇ ਉਹ ਗਿੱਲੇ ਦੀ ਕਾਵੜ ਹੈ, ਤੁਸੀਂ ਗਿੱਲਾ ਕਿਉਂ ਦਿੱਤਾ ਉਸ ਗਿੱਲੇ ਦੀ ਕਿਹੜੀ ਸ਼ਾਇਦ ਕਾਵੜ ਵਿੱਚ, ਉਸਨੇ ਉਸ ਬੰਦੇ ਦੇ ਪੁੱਤਰਾਂ ਵਾਲਾ ਕੰਮ ਕੋਈ ਨੀ ਕੀਤਾ, ਅੱਜ ਹੀ ਉਸ ਕੋਈ ਨੀ ਕੀਤਾ, ਇਹ ਬੰਦੇ ਦੇ ਪੁੱਤਰਾਂ ਵਾਲਾ ਕੰਮ ਹੈ ਉਸਦਾ। ਮੈਂ ਆਹਦਾ ਅੱਜ ਬਈ ਸਭ ਤੋਂ ਪਹਿਲੇ ਜੁਲਦੇ ਇਹਦਾ ਗਿੱਲਾ ਦੇ ਆਉਂਦੇ, ਚਾਚੇ ਸਾਦੇ ਕੋ ਗੱਡੀ ਦਿਖਾਉਣੇ, ਵੇਲੇ ਕੋ ਗੱਡੀ ਦਿਖਾਉਣੇ, ਲਾਰੀ ਦੇ ਦਿੱਤੀ ਯਾਰ, ਮੈਂ ਤਾਂ ਆ ਕੇ ਹੁਣ ਗਾਰ ਦੀ ਗੱਲ ਹੈ, ਲਾਰੀ ਪਿਆਰੀ ਹੈ ਯਾਰ, ਹੁਣ ਸੁਣਦੇ ਹੋ ਤੁਸੀਂ ਲਾਰੀ ਦੇ ਦਿੱਤੀ, ਤੁਹਾਨੂੰ ਮੰਗੇ ਉਹ ਲਾਰੀਆਂ ਨੇ ਦੇਸਣ, ਉਹਨਾਂ ਦੇ ਕੋਲ ਲਾਰੀਆਂ ਕੋਈ ਨੀ ਦੇਸਣ, ਕਿਉਂ ਉਹਨਾਂ ਦੇ ਕੋਲ ਤੂੰ ਲਾਰੀਆਂ ਚ ਮੰਗ ਤੇ ਮੁੜ ਮੈਨੂੰ ਵੇਖੀ ਵੀ ਮੈਂ ਉਹਨਾਂ ਦੇ ਨਾਲ ਕਰਨ ਦਾ ਕੀ ਆ ਯਾਰ, ਮੰਗਣੇ ਉਬੀਆਂ ਨਹੀਂ ਮੰਗਣਿਆ ਨਾ, ਨਾ ਫਾਰਚੂਨਰ ਨਾ ਕੋਈ, ਇਹਦੀ ਐਫ ਐਕਸ ਜਾਂ ਮਹਿਰਾਨ, ਇਹਦੇ ਕੋਲ ਦੋ ਐਫ ਐਕਸ ਮੰਗਿਆ ਸੋ, ਅੱਜ ਕੱਲ ਇਹਦੀ ਜਿਹੜੀ ਐਫ ਐਕਸ ਹੈ ਨਾ ਉਹ ਪਿਆਰੀ ਹੈ, ਫੇਵਰੇਟ ਹੈ। ਹਾਂ ਤੇ ਤੁਸੀਂ ਤੁਹਾਨੂੰ ਮੰਗਿਆ ਨਾ ਦੇਸੀ, ਦੇਸੀ ਕਿਉਂ ਨਾ ਦੇਸੀ, ਤੇ ਉਹਨੇ ਚ ਮੰਗਿਆ ਹੈ ਵੀ ਯਾਰ ਸਾਨੂੰ ਜ਼ਰੂਰਤ ਹੈ ਸ਼ਾਮੀ ਬੁਲਾ ਦੀ ਸਾਂ, ਅੱਛਾ ਗੱਡੀ ਤੁਸੀਂ ਚ ਮੰਗੋ, ਅਗਲਾ ਕੰਮ ਮੇਰਾ ਹੈ, ਉਹਨੂੰ ਗਿੱਲਾ ਦਿੰਦੇ ਹੋ, ਉਸਨੇ ਜੋ ਵੇਲੇ ਨੂੰ ਗਿੱਲਾ ਦਿੱਤਾ ਜਾਂ ਉਹਦੇ ਵਡੇਰੇ ਨੇ ਦਿੱਤਾ, ਉਹਨੂੰ ਕੀ ਆਖਿਆ ਨੇ ਯਾਰ, ਮੈਂ ਕੋਈ ਇਹੋ ਟੈਨਸ਼ਨ ਹੈ ਜਿਹੜੀ ਇਹ ਤਬਾਹੀ ਲਾ ਗਿਆ ਨਾ, ਹਕੀਕਤ ਹੈ ਇਹ ਗੱਡੀ ਤਾਂ ਬਰਬਾਦ ਹੋ ਗਈ, ਇਹ ਤਾਂ ਆ ਸਾਰਾ ਵਿੱਚ ਮਿੱਟੀ ਮਿੱਟੇ, ਅੰਦਰੋਂ ਬਾਹਰੋਂ ਮਿੱਟੇ, ਇੱਥੇ ਵਿੱਚ ਵੜਿਆ ਪਿਆ, ਇਹ ਤਾਂ ਤਬਾਹੀ ਹੋ ਗਈ, ਅੱਧੀ ਜ਼ਿੰਦਗੀ ਐਵੇਂ ਸਮਝੋ ਗੱਡੀ ਦੀ ਖੁੱਟ ਗਈ ਹੈ, ਗੱਡੀ ਬਰਬਾਦ ਹੋ ਗਈ ਹੈ, ਇਸ ਗੱਲ 'ਚ ਕੋਈ ਸ਼ੱਕ ਨਹੀਂ ਯਾਰ। ਅੱਜ ਦੇ ਕੋ ਕਾਲ ਕਰੇ ਨੇ, ਅੱਛਾ ਤੂੰ ਕੰਮ ਚੈੱਕ ਕਰ, ਤੋੜ ਘਰ ਨਹੀਂ ਸੀ ਖੜਾਈ, ਇਹ ਤਾਂ ਸੜਕ ਤੇ ਖੜਾਂਦਾ, ਉੱਥਾਂ ਉੱਡੇ ਖੜਿਆ, ਮੈਂ ਤਾਂ ਘਰ ਆਵੀ ਅੰਦਰ ਘਰ ਨਹੀਂ ਬਾਈ, ਇਹ ਮੇਰੀ ਸਮਝ 'ਚ ਨਾ, ਇਹ ਸੰਗਤ ਇਹੋ ਜਿਹੀ ਰਿਸ਼ਤੇਦਾਰੀ ਇਹੋ ਜਿਹੀ ਸੰਗਤ ਇਹੋ ਜਿਹੇ ਤਲਕ ਮੇਰੀ ਸਮਝ 'ਚ ਨਹੀਂ ਆਉਂਦਾ ਯਾਰ। ਹੁਣ ਕਿਆ ਕਰੂੰ, ਇੱਕ ਬੰਦਾ ਆ ਕੇ ਗੱਡੀ ਮੰਗੇ, ਹੁਣ ਨਾ ਦੇਊ ਨਾ ਦੇਊ, ਆ ਤਾਂ ਵਾਲੀ ਫੜੇ ਆਸੇ ਦਿੱਤੀ ਹੈ ਤਾਂ ਵਾਲੀ ਫੜ ਠੀਕ ਹੈ। ਅੱਛਾ ਹੁਣ ਦਿੱਤੀ ਹੀ ਨੇ, ਹੁਣ ਉਹਦੇ ਨਾਲ ਲੜ ਸਕਦੇ ਹੋ, ਕਿਆ ਆਖ ਸਕਦੇ ਤੂੰ, ਕੋਈ ਨਹੀਂ ਲੜ ਸਕਦੇ, ਗਿੱਲਾ ਲੜ ਨਹੀਂ ਸਕਦੇ ਤੇ ਗਿੱਲਾ ਹੀ ਕੋਈ ਨਹੀਂ ਦੇਵਣਾ, ਗਿੱਲਾ ਨਹੀਂ ਦੇਵਣਾ ਇਹ ਵਾਰੀ, ਕਿਉਂਕਿ ਹਰ ਵਾਰੀ ਗਿੱਲਾ ਦੇ ਕੇ ਅਸਾਂ ਮਾਮਲਾ ਖਤਮ ਕਰਾਨੇ, ਨਾ ਨਾ ਗਿੱਲਾ ਨਹੀਂ, ਇਹ ਵਾਰੀ ਮਾਮਲਾ ਖਤਮ ਕੋਈ ਨਹੀਂ ਕਰਨਾ, ਗਿੱਲਾ ਕਾ ਨਹੀਂ ਦੇਵਣਾ, ਜਿਵੇਂ ਹੀ ਕੀਤਾ ਇਹਦੀ ਐਫ ਐਕਸ ਚਿਖਿਆ ਦੇ ਪੈ, ਉਹਦੇ ਨਾਲ ਉਵੇਂ ਕਰੇ ਸੂ ਯਾਰ, ਉਂਝ ਨਾ ਕਰੇ ਸਾਂ, ਜੋ ਮੈਂ ਸੋਚੀ ਬੈਠਾ ਜੇ ਗੱਡੀ ਦੀਆਂ ਲੀਰਾਂ ਲੀਰਾਂ ਕਰਕੇ ਨਾ ਉੱਥੇ ਪਹੁੰਚਾਵਾਂ ਤੇ ਮੈਨੂੰ ਹਾਜੀ ਸਿਆਲ ਕਿਸੇ ਨਹੀਂ ਆਖੇ, ਕੋ ਬੰਦੇ ਦੇ ਪੁੱਤਰਾਂ ਵਾਲਾ ਯਾਰ ਕੰਮ ਹੁੰਦਾ ਹੈ, ਹਰ ਵੇਲੇ ਜਿਆਦੀ ਸਾਡੇ ਨਾਲ, ਹਰ ਵੇਲੇ ਸਾਡੇ ਨਾਲ, ਚੱਲ ਇਹ ਕਾਲ ਕਰੇ ਨੇ ਇਹਦਾ ਕਰੇ ਨੇ ਇਲਾਜ, ਇਹ ਤੜੀ ਦੱਸ ਤਾਂ ਦੇ, ਹਾਂ ਇਹਨੂੰ ਦੱਸ ਦੇ ਬੇ, ਤੂੰ ਸਾਡੇ ਨਾਲ ਕੀਤੀ ਹੈ, ਸਾਡਾ ਇੰਤਜ਼ਾਰ ਕਰ। ਅੱਛਾ ਜਵਾਨਾਂ ਦਾ ਨੰਬਰ ਮਿਲਾਈ ਬੈਠੇ ਹੈ, ਹੁਣ ਪੰਜਵੀਂ ਸੱਤਵੀਂ ਕਾਲ ਹੈ, ਨੰਬਰ ਚਾਹੁੰਦੇ ਨਹੀਂ ਪਏ, ਪਤਾ ਨਹੀਂ ਕਿਆ ਮਸਲਾ, ਨੰਬਰ ਚਾਹੁੰਦੇ ਹੁਣ ਨਾ ਚਾਹੇ ਨੰਬਰ, ਮੈਂ ਕੋਈ ਲੱਗਦਾ ਇਵੇਂ, ਮੈਂ ਵੱਲ ਗੱਡੀ ਚਿੱਕਿਆ ਵਾ, ਇੱਥੇ ਖੜਾਉ, ਪਾਣੀ ਤਾਂ ਮਾਰੂ, ਚਿੱਕੜ ਨਾ ਸੁੱਕ ਵਜੇ ਉੱਤੇ, ਦੋਵੇਂ ਵਿਰਾਹ ਨਹੀਂ ਚਾਹੁੰਦੇ ਬਾਈ, ਤੂੰ ਹੈ ਨਹੀਂ ਚਾਹੁੰਦੇ ਨਾ ਰਿਜ਼ਵਾਨ ਤੇ ਨਾ ਉਮਰ, ਕੋਈ ਗੱਲ ਨਹੀਂ, ਹੁਣ ਤੁਸਾਂ ਨਹੀਂ ਉਹ ਲਾਜ਼ਮ ਨੂੰ ਤੁਸੀਂ ਮੁੜ ਜਾਗ ਤਰ੍ਹਾਂ ਬਹਿ ਜਾਂਦੇ ਹੋ, ਕੋਈ ਗੱਲ ਨਹੀਂ ਯਾਰ, ਦਫੇ ਕਰ, ਇਹ ਕੰਮ ਨਾ ਹੋਵੇ, ਨਾ 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 ਨਾ, ਹਾਂ ਤੂੰ ਇਹ ਬਦਲਾ ਗਿਨ, ਸੋ ਮੈਂ ਇੱਕ ਵਾਰੀ ਕਾਰ ਛਿੱਕ ਕੇ ਇੱਥੇ ਖੜਾ ਨਾ ਉੱਤੇ, ਪਾਣੀ ਮਰਨੇ ਹਲਕਾ ਹਲਕਾ, ਇਹ ਮਿੱਟੀ ਲਾਵੇ ਤੇ ਉਮੀਦ ਉਤਰੀ ਦੇ ਰਹੇ ਚ ਕਾਲ ਚ ਆ ਗਏ, ਨੰਬਰ ਤਾਂ ਮਿਲਾ ਹੀ ਰੱਖਸੂ, ਨੰਬਰ ਨਾ ਚੈਸਨ ਦੇ ਵੱਲ ਤੋੜ ਵੈਸੂ, ਠੀਕ ਹੈ ਸਹੀ ਹੈ, ਹਰ ਸ਼ਹਿ ਵਿੱਚ ਵੜ ਵੂੜ ਜਾ ਸੀ, ਜਾਲੀਆਂ ਮਾਲੀਆਂ ਹਰ ਸ਼ਹਿ ਬੰਗ, ਘੰਟਾ ਦੋ ਲੱਗ ਸੀ ਤਾਂ ਸਹੀ, ਹੁਣ ਸਾਡਾ ਗੱਡੀ ਤਬਾਹ ਸਮਾਂ, ਓਏ ਹੋਇਆ ਹੈ, ਮੇਰੇ ਤਾਂ ਹੁਣ ਬਾਹਵਣ ਤੇ ਦਿਲ ਨਹੀਂ ਆਦਾ ਪਿਆ, ਜਿਹੜੀ ਇਹਦੀ ਕੰਡੀਸ਼ਨ થઈ ਖੜੀ ਹੈ ਨਾ, ਆਏ ਹਾਏ ਹਾਏ ਹਾਏ, ਚੈੱਕ ਕਰੋ ਬਾਹਰ ਅੰਦਰੋਂ, ਚੈੱਕ ਕਰੋ ਕਿਵੇਂ ਗਾਰਾ ਫੀਲ ਥਿੰਦਾ ਪਿਆ ਹਰ ਪਾਸੇ, ਬਾਕੀ ਠੀਕ ਹੈ, ਬਾਹਰੋਂ ਵਾਲਾ ਵਾਲੀ ਪਾਣੀ ਨਾਲ ਲੈ ਵੈ ਸੀ, ਜਿਹੜੇ ਵਿੱਚ ਡੱਟੇ ਪੈਣਾ ਇੱਥੇ ਸੀਲਾਂ 'ਚ, ਇਹ ਨਿਕਲਣਾ ਔਖਾ ਹੈ, ਓਏ ਹੋਏ ਹੋਏ, ਚਲੋ ਅੱਛਾ ਦੇ ਦੇ,
जो हो गया सो हो गया, अब हम करेंगे इनका इलाज। हाय 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 ओए होए होए, तू चेक कर बात, हर पासे मिट्टी मिट्टी, तबाह कर सटे यार। हाँ जी, हकीकत है जुलम है, ਇਹਦਾ ਬਦਲਾ ਐਸਾ ਕਰਨਾ ਨਾ, ਇਹ ਸਾਰੀ ਜ਼ਿੰਦਗੀ ਗੱਡੀ ਵਾਲਾ ਪ੍ਰੈਂਕ ਕਹੀਂ ਨਾਲ ਨਾ ਕਰੇ। ਮੈਨੂੰ ਤੁਹਾਡਾ ਡਰ ਹੈ ਵੀ ਤੁਸੀਂ ਜਿਹੜਾ ਨਾ ਪ੍ਰੈਸ਼ਰ ਛੋੜ ਜਾਵਣਾ। ਨਾ 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 ਨਾ, ਸਾਰੀ ਜ਼ਿੰਦਗੀ ਇਹ ਪਿੱਛੇ ਤੋਂ ਤੋਂ ਬਾਵੇਂ ਇਹਦੀ ਐਫਐਕਸ ਕੁਭਾ ਲਾ ਦੇ, ਮੈਂ ਕੋਈ ਪ੍ਰੋਬਲਮ ਨਹੀਂ, ਮੈਂ ਇਹ ਚੱਟੀ ਭਰਨੀ ਪੈ ਗਈ, ਮੈਂ ਭਰੇਸਾਂ ਇਹ ਸਾਰੀ ਜ਼ਿੰਦਗੀ ਪਿਛਲਿਆਂ ਨੂੰ ਹੋੜ ਮਰਸੀ ਬੇਂਜ ਨਹੀਂ ਕਰੀਂਦਾ ਹੁੰਦਾ। ਮੈਂ ਇਹਦੇ ਵਿੱਚ ਚੱਲ ਕੱਢ ਕੇ ਨਾ ਵਾਲੀ ਦੇ ਤੇ ਪਾਣੀ ਮਰੇ ਨੇ ਤਨਜ਼ੀਲ ਪੈਪ ਛੇਕਾ ਨੇੜੇ। ਨਾ ਨਾ ਨਹੀਂ, ਮੈਂ ਦੀ ਵਿੱਚ ਇਹ ਵਿੱਚ ਜਿਹੜੇ ਨੇ ਉਹ ਤਾਂ ਸੁੱਕੇ ਨੇ ਬਾਹਰੋਂ। ਓਏ ਹੋਏ ਹੋਏ, ਇਹ ਚੈੱਕ ਕਰੋ ਵਿੱਚ ਸਾਰਾ ਉਹ ਬੜਿਆ ਵੱਧਾ ਹੈ। ਹਾਏ 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 ਸਰ, ਸਰਵਿਸ ਇਹਦੀ ਲਾਜ਼ਮੀ ਕਰਾਉਣੀ ਪਊਸੀ। ਇੱਕ ਵਾਰੀ ਚੌਕ ਤੇ ਤਾਂ ਮੈਂ ਆਪਦਾ ਗਿਣ ਜਲੂੰ ਸਬਰ ਕਰ, ਤੜੀ ਤੇ ਲਾਉ ਇੱਕ ਮਿਲਦਾ ਪਾ ਮਿਲਦਾ ਪਾ। ਅੱਛਾ ਕਾਲ ਨੀ ਵਿੱਚ ਆਂਦੇ, ਅਸਾਂ ਇੱਕ ਇੱਕ ਵਾਰੀ ਧੋ ਗਏ ਨੂੰ ਤਸੱਲੀ ਨਾਲ। ਖੜ ਖੜ ਮੱਠਾ 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 ਮਾਰੀਏ, ਤੇਜ਼ ਮਾਰੀਏ, ਮਿੱਟੀ ਤਾਂ ਵੰਜਣੀ ਹੈ ਬਾਈਆ। ਇਹ ਹੁਣ ਮਿੱਟੀ ਤੂੰ ਲਾਣੀ ਤੇ, ਓਏ ਹੋਏ ਹੋਏ, ਇਸ ਕਿਸੇ ਪਾਸੇ ਵੰਜਣਾ ਤੇ। ਹਾਂ ਹਾਂ, ਇਹ ਮਿੱਟੀ ਤਾਂ ਹੀ ਵੰਜਣੀ ਹੈ ਸਾਰੀ। ਤੇ ਇਹ ਸਾਰੇ ਵੈਸੇ ਜਾਲੀਆਂ ਦੇ ਵਿੱਚ ਜੀ ਤੂੰ ਪਾਣੀ ਸ਼ੀਸ਼ੇ ਤੇ ਮਰਿੰਦੇ ਹੋ ਯਾਰਾਂ ਪਰਾਂ। ਅੱਲਾ ਖੈਰ ਕਰੇ, ਮੋਟਰ ਨਹੀਂ ਚੱਲ, ਮਿੱਟੀ ਦੇਖ ਪੈਂਦੀ ਤੰਦੀਲ ਤੇਰੀ, ਮੋਟਰ ਨਹੀਂ। ਮੈਂ ਮੋਟਰ ਚਲਾਣਾ, ਇੱਕ ਮਿੰਟ। ਇਹ ਅੱਜ ਜਿਹੜੇ ਗੰਦ ਵਾਲੇ ਦੋਬੇ ਨਹੀਂ, ਇਹ ਚਾਹ ਕੇ ਤੱਲੇ ਸੱਟੀਆ, ਇਹ ਵੱਲ ਉਹ ਨਾ ਹੋਵੇ, ਇੱਥੇ ਵਿੱਚ ਵੜਵੇ ਸੀ ਗੰਦ। ਮੈਂ ਮੋਟਰ ਚਲਾਈ ਜਾਵਾਂ, ਕੋਈ ਨਾ ਹਜੇ ਬਾਈ, ਬਿਜਲੀ ਗੋਆ ਨਹੀਂ, ਬਦਕਿਸਮਤ ਨਾਲ ਬਿਜਲੀ ਕੋਈ ਨਹੀਂ। ਹਾਂ ਛੇੜ ਖੜੇ ਆ, ਚਲੋ ਅੱਛਾ ਆ ਵੈਸੇ ਲੱਗ ਰਿਹਾ ਸੀ ਥੋੜੀ ਦੇਰ ਚ, ਬਾਲਟੀਆਂ ਨਾਲ ਜੁੜਦੇ ਆ। ਨਹੀਂ ਨਹੀਂ, ਹੁਣ ਬਿਜਲੀ ਆਵੇ ਨੀ ਵਾਲ ਕਰੇ ਨੇ ਖੜਨ ਦੇ, ਮੈਂ ਇਹਦੇ ਤੇ ਤਸੱਲੀ ਨਾਲ ਧੋਣਾ। ਬਿਜਲੀ ਜਲੇ ਆਵੇ ਨਾ, ਮੈਂ ਕੋਈ ਦੱਸੀ ਇਹ ਵਾਲ ਬੰਦ ਕਰ ਚਾ ਫਿਲਹਾਲ। ਅੱਛਾ ਵਹਿੰਦੇ ਪੈਣੀ ਨਾ, ਕੋਈ ਕੰਮ ਹੈ, ਆਪਣਾ ਕੰਮ ਕਰ ਗਿੰਦਨ ਤੇ ਬਿਜਲੀ ਆਉਂਦੀ ਹੈ, ਮੈਂ ਗੱਡੀ ਧੋ ਗਈ ਨਾ, ਵਾਲ ਕੇ ਰਹੀ ਨਿਕਲਦੇ ਆ, ਇਹਨਾਂ ਦਾ ਹਾਲ ਹਵਾਲ ਕਰੇ ਨੇ। ਇੱਕ ਤਾਂ ਬਿਜਲੀ ਲੱਗੀ ਗਈ ਮੌਕੇ ਤੇ, ਹੁਣ ਚੀਕੜ ਚੀਕੜ ਉੱਤੇ ਸੁੱਕ ਵੇ ਸੀ। ਮੈਂ ਕੋਈ ਲੱਗਦਾ ਬਿਜਲੀ ਆ ਗਈ ਹੈ। ਹਾਂ ਆ ਗਈ ਆ ਗਈ। ਮੈਂ ਵੀ ਬਸ ਕਾਰ ਧੋ ਗਈ ਨਾ, ਜਵਾਨ ਹਾਲੀ ਤੱਕ ਮੇਰੀ ਕਾਲ ਨਹੀਂ ਚਾਹੁੰਦੇ ਪਏ, ਪਤਾ ਨਹੀਂ ਮੈਂ ਕਿਤਨੀਆਂ ਕਾਲਾਂ ਕਰ ਚੁੱਕਾ, ਕੋਈ ਕਾਲ ਨਹੀਂ ਚਾਹੁੰਦਾ ਪਿਆ, ਨਾ ਰਿਜ਼ਵਾਨ ਚਾਹੁੰਦਾ, ਨਾ ਉਮੈਰ। ਮੈਂ ਗੱਡੀ ਧੋ ਗਈ ਨਾ, ਵਾਲੀ ਦੀ ਅੱਗਾਂ ਦੀ ਤਰਤੀਬ ਦੇਦੇ ਆਈ, ਮੈਂ ਮਿੰਟ ਲਾ ਕੇ ਇਹ ਚਿੱਕੜ ਛਿੱਕੜ ਲਾ ਗਈ ਨਾ, ਮੈਂ ਥੋੜ੍ਹਾ ਟਾਈਮ ਲੱਗ ਸੀ, ਮੈਂ ਟਾਈਮ ਲੈਪਸ ਲੈਣਾ, ਤੁਸੀਂ ਟਾਈਮ ਲੈਪਸ ਦੇਖੋ ਵੀ ਕਿਤਨਾ ਟਾਈਮ ਮੈਦਾ ਇਹਦੇ ਧੋਵਣ ਧੂਵਣ ਤੇ ਜ਼ਾਇਆ ਥੀਂਦਾ। ਫਾਈਨਲੀ ਸਾਈਂ
ਤਕਰੀਬਨ ਅੱਧਾ ਘੰਟਾ ਲਾ ਕੇ ਮਿੱਟੀ ਸ਼ਿੱਟੀ ਲਾ ਕੇ ਤੁਸੀਂ ਮੇਰੀ ਆਪਣੀ ਕੰਡੀਸ਼ਨ ਚੈੱਕ ਕਰੋ। ਮੈਂ ਇਵੇਂ 10 ਮਿੰਟ ਸਾਈ ਕੱਢ ਕੇ ਨਾ ਵੱਧ ਸ਼ੁਰੂ ਕਰਿਆ ਨਾ ਦੁਬਾਰਾ। ਫਾਈਨਲੀ ਵਿਵਰਸ ਗੱਡੀ ਮੈਂ ਬਾਹਰੋਂ ਧੋ ਕੇ ਮਿੱਟੀ ਸ਼ਿੱਟੀ ਲਾ ਕੇ ਸਰਫ ਸ਼ਰਫ ਨਾਲ ਧੋ ਕੇ ਚਮਕਾ ਦਿੱਤੀ ਹੈ। ਹੁਣ ਸਿਰਫ ਅੰਦਰ ਰਹਿ ਗਿਆ ਜਿਹੜੇ ਉਹ ਦਰਵਾਜ਼ਿਆਂ ਦੇ ਉੱਤੇ ਥੋੜ੍ਹੀ ਥੋੜ੍ਹੀ ਮਿੱਟੀ ਸੀਲਾਂ ਕੋਲ ਵਿੱਚ ਵੜੀ ਵਧੀ ਹੈ, ਉਹ ਮੈਂ ਸਾਫੀ ਨਾਲ ਸਾਫ਼ ਕਰਨਾ ਪਿਆ ਸੀ। ਅੰਦਰ ਪਾਣੀ ਨਹੀਂ ਮਰੇਗਾ। ਹੁਣ ਚੈੱਕ ਕਰੋ ਲੁੱਕ, ਇਹ ਜਿਹੜੇ ਉੱਤੇ ਟੇਪਾਂ ਦੇ ਚਿੱਟੇ ਚਿੱਟੇ ਨਿਸ਼ਾਨ ਵਧਣ ਤਾਂ ਨਾ ਇਹ ਲਾਂਦੇ ਨਹੀਂ ਪਏ ਜਿਹੜੇ ਉੱਡਣ ਸ਼ਾਦੀ 'ਤੇ ਲਾਇਆ ਅਸੀਂ। ਇਹ ਇਹਦੀ ਉੱਥੀ ਸੀ ਕਿਆ ਹੁੰਦੀ ਹੈ ਮੁਬਸ਼ਰ ਉਂਡੀ ਵਾਰ ਆਧਾ ਹੀ ਪਿਆ ਹੈ। ਮੈਂ ਗੁਣਨਾ ਭੁੱਲ ਗਿਆ ਉਹ ਚੀਜ਼ ਦਾ, ਉਹ ਉੱਤੇ ਮਰੇ ਹੁੰਦੇ ਉਹਨੇ ਵੱਲ ਸਾਫ਼ ਥੀ ਵੈਸੀ ਮੈਂ ਸਮਝਿਆ ਇੱਕ ਵਾਰੀ ਇਹਦੇ 'ਤੇ ਜ਼ਬਰਦਸਤ ਜਿਹਾ ਇੱਕ ਛਿਲਵਾਵਣਾ ਮੁਛਵਾਵਣਾ ਕੁਛ ਵਾਲੇ ਦਾਗ ਸ਼ੰਗ ਸਾਰੇ ਖਤਮ ਥੀ ਵੈਸੀ। ਫਿਲਹਾਲ ਬਾਹਰੋਂ ਜ਼ਬਰਦਸਤ ਸੀਗੀ, ਹਾਲੀ ਉੱਤੇ ਰੇਤ ਥੋੜ੍ਹੀ ਥੋੜ੍ਹੀ ਫੀਲ ਥੀਂਦੀ ਹੈ ਸਕਰੀਨ 'ਤੇ ਜ਼ਰਾਤ, ਜਿਤਨਾ ਪਾਣੀ ਮਾਰੋ ਇਹ ਖੁੱਟਦੇ ਨਹੀਂ, ਪਤਾ ਨਹੀਂ ਕਿਹਨੂੰ ਨਿਕਲ ਆਉਂਦੇ। ਵੈਲਕਮ ਬੈਕ ਵਿਵਰਸ, ਗੱਡੀ ਧੋ ਕੇ ਸਾਰੀ ਸਾਫ਼ ਸੁਥਰੀ ਕਰਕੇ ਅੰਦਰੋਂ ਬਾਹਰੋਂ ਮੈਂ ਲਗਾ ਗਿਆ ਮੈਂ ਖੁਦ ਤਾਂ ਧਾਵਣ ਧੂਵਣ ਕਿਉਂਕਿ ਮੇਰੀ ਹਾਲਤ ਖਰਾਬ ਥੀ ਗਈ। ਇਹ ਚੈੱਕ ਕਰੋ ਹਾਲੀ ਵੀ ਇੱਥੋਂ ਮਿੱਟੀ ਨਿਕਲਦੀ ਹੋੜੀ ਹੈ, ਪਾਣੀ ਜਿੱਥਾ ਜਿੱਥਾ ਆਈ। ਚਲੋ ਖੈਰ ਕੁਝ ਨਾ ਕੋਈ ਸਾਫ਼ ਥੀ ਗਈ, 2-4 ਵਾਰੀ ਧੋਈ ਸੀ ਨਾ ਫੁੱਲ ਸਾਫ਼ ਥੀ ਵੈਸੀ, ਅੱਲਾ ਖੈਰ ਕਰੇ। ਹੁਣ ਇਹਦਾ ਸੀਨ ਢੇਰ ਸਾਰਾ ਖਰਾਬ ਥੀ ਗਿਆ, ਲਾਕ ਲੱਗੀ ਖੜੀ ਹੈ। ਨਹੀਂ ਤਾਂ ਮੈਂ ਤੁਹਾਨੂੰ ਦਿਖਾਵਾਂ ਇਹ ਦਰਵਾਜ਼ੇ ਜਿਹੜੇ ਖੁੱਲ੍ਹੇ ਨੇ ਹੈ ਨਾ ਕਰ ਜਿਵੇਂ ਦਰਵਾਜ਼ੇ ਫਾਰੇ ਨਾ ਥੀ ਗਿਆ, ਹੁਣ ਵਿੱਚ ਜਗ੍ਹਾ ਜਗ੍ਹਾ ਰੇਹ ਅਤੇ ਇਹ ਹੁਣ ਸੁੱਕਦੀ ਰਾਸੀ ਅਤੇ ਆਪੇ ਨਿਕਲਦੀ ਰਾਸੀ, ਅੱਲਾ ਖੈਰ ਕਰੇ। ਅਤੇ ਜਵਾਨਾ ਮੇਰੀ ਕਾਲ ਹਾਲੇ ਤੱਕ ਕੋ ਨਹੀਂ ਝਾਈ, ਮੈਂ ਨੰਬਰ ਮਿਲਾ ਵਟਸਐਪ 'ਤੇ ਮੈਸੇਜ ਕਰ, ਕੋਈ ਰਿਸਪਾਂਸ ਨਹੀਂ। ਚਲੋ ਕੋਈ ਗੱਲ ਨਹੀਂ, ਤਿਆਰ ਥੀ ਬੈਠਾ ਬਸ। ਹਾਜੀ ਸਾਹਿਬ ਮੁਬਸ਼ਰ ਬਾਈ ਕੋ ਇਨਵਾਈਟ ਕਰਨ ਵੱਲ ਵੈਸੂ ਉਥੇ ਹੀ ਇਹਨਾਂ ਕੋ ਟਕਰ ਸੂੰ, ਇਨਸ਼ਾਅੱਲਾ ਇਹ ਚੀਜ਼ ਦਾ ਬਦਲਾ ਅਸਾਂ ਜ਼ਰੂਰ ਗਿਣਸੂੰ ਰਿਜ਼ਵਾਨ ਕੋਲ ਖਾਸ ਤੌਰ 'ਤੇ, ਕਿਉਂਕਿ ਇਹੋ ਜਿਹਾ ਹਰਕਤਾਂ ਜਿਹੜੀਆਂ ਨਾ ਬਾਰ ਬਾਰ ਕਰਿਆਂ ਦਾ ਰਿਜ਼ਵਾਨ ਹੈ। ਇਹਦੀ FX ਸਿੱਖਿਆ ਸੂੰ ਅਤੇ ਉਹਦੇ ਨਾਲ ਅਸਾਂ ਉਹ ਹਸ਼ਰ ਕਰਿਆ ਸੂੰ ਨਾ ਫੜਕਾ ਫੜਕਾ ਕਰ ਲਿਆ, ਗਾਰੇ ਮਿੱਟੀ ਅੰਦਰੋਂ ਬਾਹਰੋਂ ਧੋਣ ਲਿਆਉਣੇ, ਫੜਕਾ ਫੜਕਾ ਦਰਵਾਜ਼ੇ ਗਾਇਬ, ਡਿੱਗੀ ਗਾਇਬ, ਟਾਇਰ ਗਾਇਬ, ਇਹੋ ਜਿਹਾ ਹਾਲ ਕਰਿਆ ਸੂੰ ਨਾ ਤੁਸੀਂ ਦੇਖ ਸੋ ਤੁਹਾਨੂੰ ਮਜ਼ਾ ਆ ਸੀ। ਇਹ ਯਾਦ ਕਰੇ ਸੀ ਵੀ ਇਹਨਾਂ ਮੇਰੇ ਨਾਲ ਕੀਤਾ ਕਿਆ ਹੈ, ਨੈਕਸਟ ਟਾਈਮ ਇਨਸ਼ਾਅੱਲਾ ਇਹ ਸਾਰੇ ਨਾਲ ਕੋਈ ਇਹੋ ਜਿਹਾ ਖਤਰਨਾਕ ਪ੍ਰੈਂਕ ਨਾ ਕਰੇ ਸੀ। ਇਹ ਵੀਡੀਓ ਦਾ ਇੱਥੇ ਐਂਡ ਕਰਿਆ, ਭਾਵੇਂ ਵੀਡੀਓ ਪਸੰਦ ਆਵੇ ਤਾਂ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰਨਾ ਅਤੇ ਚੈਨਲ ਕੋ ਸਬਸਕ੍ਰਾਈਬ ਕਰਨਾ। ਮੇਰੀ ਇਤਨੀ ਸਾਰੀ ਮਿਹਨਤ ਹੈ ਜਿਹੜਾ ਮੈਂ ਕੁਝ ਹੁੰਦਾ ਰਹਿ ਗਿਆ, ਅਤੇ ਸਬਸਕ੍ਰਾਈਬ ਲਾਜ਼ਮੀ ਕਰੇ ਸੋ। ਮਿਲਦੇ ਹਾਂ ਇੱਕ ਨਵੇਂ ਵਲੌਗ 'ਚ, ਅੱਲਾ ਹਾਫਿਜ਼।